ਗੁੱਡ ਨਿਊਜ਼ ਗੁੱਡ ਨਿਊਜ਼ ਗੁੱਡ ਨਿਊਜ਼ ਪਰ ਇੱਥੇ ਤੇ ਕਿਸੇ ਦੀ ਗੁੱਡ ਨਿਊਜ਼ ਕਿਸੇ ਕੋਲ ਚਲੇ ਗਈ ਹੈ ਤੇ ਕਿਸੇ ਦੀ ਗੁੱਡ ਨਿਊਜ਼ ਕਿਸੇ ਕੋਲ ਤੁਹਾਨੂੰ ਬਹੁਤਾ ਕਨਫਿਊਜ਼ ਨਾ ਕਰਦੇ ਹੋਏ ਮੈਂ ਦੱਸ ਦਵਾਂ ਕਿ ਮੈਂ ਇੱਥੇ ਗੱਲ ਕਰ ਰਹੀ ਹਾਂ ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਮੂਵੀ ਗੁੱਡ ਨਿਊਜ਼ ਦੀ। ਅਸੀਂ ਸਾਰੇ ਹੀ ਇਸ ਮੂਵੀ ਦੇ ਟ੍ਰੇਲਰ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਤੇ ਹੁਣ ਇਹ ਉਡੀਕ ਖਤਮ ਹੋ ਗਈ ਹੈ ਤੇ ਧਰਮਾ ਪ੍ਰੋਡਕਸ਼ਨਸ ਵੱਲੋਂ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਮੂਵੀ ਦੇ ਟ੍ਰੇਲਰ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ, ਪਰ ਉਸ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਇਸ ਮੂਵੀ ਦੇ ਟ੍ਰੇਲਰ ਦੇ ਕੁਝ ਇੰਟਰਸਟਿੰਗ ਸਕ੍ਰੀਨਸ਼ਾਟਸ। ਇਸ ਮੂਵੀ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਮੈਨੂੰ ਤੇ ਲੱਗ ਰਿਹਾ ਹੈ ਕਿ ਇਹ ਫਿਲਮ ਅਪਗ੍ਰੇਡਡ ਵਰਜ਼ਨ ਹੈਗੀ ਹੈ ਵਿੱਕੀ ਡੋਨਰ ਅਤੇ ਜੁੜਵਾ ਮੂਵੀ ਦੀ, ਕਿਉਂਕਿ ਮੈਨੂੰ ਗੁੱਡ ਨਿਊਜ਼ ਮੂਵੀ ਦੇ ਟ੍ਰੇਲਰ ਦੇਖਣ ਤੋਂ ਬਾਅਦ ਇਹਨਾਂ ਦੋ ਮੂਵੀਜ਼ ਦੀ ਯਾਦ ਆ ਗਈ ਸੀ, ਕਿਉਂਕਿ ਇਹ ਮੂਵੀ ਬੇਸਡ ਹੈ IVF ਟ੍ਰੀਟਮੈਂਟ ਤੇ। ਤੁਹਾਨੂੰ ਦੱਸ ਦੇ ਕਿ ਜਿਹੜੇ ਕਪਲਸ ਨੈਚੁਰਲੀ ਕਨਸੀਵ ਨਹੀਂ ਕਰ ਪਾਉਂਦੇ ਉਹ ਫਿਰ ਇਸ ਟ੍ਰੀਟਮੈਂਟ ਦੇ ਰਾਹੀਂ ਕਨਸੀਵ ਕਰਦੇ ਨੇ, ਪਰ ਇਸ ਮੂਵੀ ਵਿੱਚ ਇਸ ਕਨਸੈਪਟ ਨੂੰ ਕਾਫੀ ਡਿਫਰੈਂਟ ਤਰੀਕੇ ਨਾਲ ਦਿਖਾਇਆ ਗਿਆ ਹੈ ਤੇ ਕਾਫੀ ਐਂਟਰਟੇਨਿੰਗ ਤਰੀਕੇ ਦੇ ਨਾਲ ਵੀ ਦਿਖਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਇਸ ਟ੍ਰੇਲਰ ਤੋਂ ਵੀ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਮੂਵੀ ਵਿੱਚ ਸਾਨੂੰ ਕਾਫੀ ਸਾਰੇ ਇਮੋਸ਼ਨਸ ਇਕੱਠਿਆਂ ਨਜ਼ਰ ਆਉਣ ਵਾਲੇ ਨੇ। ਇੱਥੇ ਹੀ ਜੇ ਮੈਂ ਹੁਣ ਗੱਲ ਕਰਾਂ ਇਸ ਮੂਵੀ ਦੇ ਕ੍ਰੈਡਿਟਸ ਦੀ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਮੂਵੀ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਖਾਨ ਅਤੇ ਕਿਆਰਾ ਅਡਵਾਨੀ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਮੂਵੀ ਨੂੰ ਡਾਇਰੈਕਟ ਕਰ ਰਹੇ ਨੇ ਰਾਜ ਮਹਿਤਾ, ਜਿਨ੍ਹਾਂ ਦੀ ਕਿ ਇਹ ਪਹਿਲੀ ਮੂਵੀ ਹੋਵੇਗੀ ਐਜ਼ ਅ ਡਾਇਰੈਕਟਰ ਤੇ ਇਸ ਮੂਵੀ ਨੂੰ ਲਿਖਿਆ ਗਿਆ ਹੈ ਜੋਤੀ ਕਪੂਰ ਵੱਲੋਂ ਅਤੇ ਇਸ ਮੂਵੀ ਨੂੰ ਪ੍ਰੈਜੈਂਟ ਕਰ ਰਹੇ ਨੇ ਜ਼ੀ ਸਟੂਡੀਓਜ਼ ਇਨ ਐਸੋਸੀਏਸ਼ਨ ਵਿਦ ਧਰਮਾ ਪ੍ਰੋਡਕਸ਼ਨ ਐਂਡ ਕੇਪ ਆਫ ਗੁੱਡ ਫਿਲਮਸ। ਅਤੇ ਤੁਹਾਨੂੰ ਦੱਸ ਦੇਈ ਕਿ ਇਹ ਮੂਵੀ ਰਿਲੀਜ਼ ਹੋਣ ਜਾ ਰਹੀ ਹੈ 27th ਆਫ ਦਸੰਬਰ ਨੂੰ। ਇੱਥੇ ਜੇ ਹੁਣ ਮੈਂ ਗੱਲ ਕਰਾਂ ਅਕਸ਼ੇ ਕੁਮਾਰ ਦੀ ਤੇ ਅਕਸ਼ੇ ਕੁਮਾਰ ਨੂੰ ਅਸੀਂ ਰੀਸੈਂਟਲੀ ਦੇਖਿਆ ਮੂਵੀ ਹਾਊਸਫੁੱਲ 4 ਦੇ ਵਿੱਚ ਤੇ ਹਾਊਸਫੁੱਲ 4 ਮੂਵੀ ਕਾਫੀ ਸੁਪਰ ਡੂਪਰ ਹਿੱਟ ਜਾ ਰਹੀ ਹੈ ਅਤੇ ਇਸ ਮੂਵੀ ਦੀ ਕਾਮੇਡੀ ਸਾਰਿਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਨੂੰ ਉਹ ਜਲਦ ਹੀ ਖੁਸ਼ ਕਰਨ ਵਾਲੇ ਨੇ ਆਪਣੀ ਮੂਵੀ ਬੈਲ ਬੌਟਮ ਦੇ ਨਾਲ ਵੀ ਤੇ ਹੁਣ ਸਾਨੂੰ ਵੇਖਣ ਨੂੰ ਮਿਲਣ ਵਾਲੇ ਨੇ ਮੂਵੀ ਗੁੱਡ ਨਿਊਜ਼ ਦੇ ਵਿੱਚ ਤੇ ਇਸ ਦੇ ਨਾਲ ਹੀ ਹੁਣ ਜੇ ਮੈਂ ਗੱਲ ਕਰਾਂ ਕਰੀਨਾ ਕਪੂਰ ਖਾਨ ਦੀ ਤੇ ਕਰੀਨਾ ਕਪੂਰ ਖਾਨ ਨੂੰ ਅਸੀਂ ਰੀਸੈਂਟਲੀ ਦੇਖਿਆ ਸੀਗਾ ਮੂਵੀ ਵੀਰੇ ਦੀ ਵੈਡਿੰਗ ਦੇ ਵਿੱਚ। ਤੁਹਾਨੂੰ ਦੱਸ ਦੇਈਏ ਕਿ ਵੀਰੇ ਦੀ ਵੈਡਿੰਗ ਮੂਵੀ ਤੋਂ ਬਾਅਦ ਹੁਣ ਕਾਫੀ ਟਾਈਮ ਬਾਅਦ ਸਾਨੂੰ ਇਹ ਦੇਖਣ ਨੂੰ ਮਿਲਣ ਵਾਲੇ ਨੇ ਗੁੱਡ ਨਿਊਜ਼ ਮੂਵੀ ਦੇ ਵਿੱਚ। ਇਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਦਿਲਜੀਤ ਦੋਸਾਂਝ ਦੀ ਤੇ ਦਿਲਜੀਤ ਦੋਸਾਂਝ ਨੂੰ ਅਸੀਂ ਰੀਸੈਂਟ ਬਾਲੀਵੁੱਡ ਮੂਵੀ ਅਰਜੁਨ ਪਟਿਆਲਾ ਦੇ ਵਿੱਚ ਇੰਜੋਏ ਕੀਤਾ ਸੀ, ਜੋ ਮੂਵੀ ਕਾਫੀ ਜ਼ਿਆਦਾ ਵਧੀਆ ਗਈ ਤੇ ਉਹਨਾਂ ਦੀ ਐਕਟਿੰਗ ਨੂੰ ਇਸ ਮੂਵੀ ਵਿੱਚ ਕਾਫੀ ਐਪਰੀਸ਼ੀਏਟ ਵੀ ਕੀਤਾ ਗਿਆ। ਲਾਸਟ ਬਟ ਨਾਟ ਦ ਲੀਸਟ ਮੈਂ ਗੱਲ ਕਰਨਾ ਚਾਹਾਂਗੀ ਕਿਆਰਾ ਅਡਵਾਨੀ ਦੀ। ਕਿਆਰਾ ਅਡਵਾਨੀ ਨੇ ਆਪਣੀ ਐਕਟਿੰਗ ਦੇ ਨਾਲ ਸਾਨੂੰ ਸਾਰਿਆਂ ਨੂੰ ਹੀ ਕਬੀਰ ਸਿੰਘ ਮੂਵੀ ਵਿੱਚ ਕਾਫੀ ਖੁਸ਼ ਕੀਤਾ ਤੇ ਰੀਸੈਂਟਲੀ ਅਸੀਂ ਉਹਨਾਂ ਨੂੰ ਦੇਖਿਆ ਸੀਗਾ ਕਬੀਰ ਸਿੰਘ ਮੂਵੀ ਦੇ ਵਿੱਚ ਹੀ ਸ਼ਾਹਿਦ ਕਪੂਰ ਦੇ ਨਾਲ। ਸੋ ਇਹ ਗੁੱਡ ਨਿਊਜ਼ ਮੂਵੀ ਸਾਡੇ ਸਾਰਿਆਂ ਦੀ ਲਾਈਫ ਵਿੱਚ ਕਿੰਨੀ ਕੁ ਗੁੱਡ ਨਿਊਜ਼ ਲੈ ਕੇ ਆਉਂਦੀ ਹੈ ਇਹ ਤਾਂ ਸਾਨੂੰ 27 ਦਸੰਬਰ ਨੂੰ ਹੀ ਪਤਾ ਲੱਗੇਗਾ ਸਿਨੇਮਾ ਹਾਲਸ ਦੇ ਵਿੱਚ। ਸੋ ਮੈਂ ਤਾਂ ਬਹੁਤ ਐਕਸਾਈਟਡ ਹਾਂ ਇਸ ਮੂਵੀ ਨੂੰ ਦੇਖਣ ਲਈ, ਇਸ ਮੂਵੀ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਤੇ ਤੁਹਾਨੂੰ ਇਸ ਮੂਵੀ ਦਾ ਟ੍ਰੇਲਰ ਕਿਹੋ ਜਿਹਾ ਲੱਗਾ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਣਾ ਨਾ ਭੁੱਲੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।